47,500 ਦਾ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚ ਤੁਹਾਡਾ ਵੀਜ਼ਾ ਲੱਗਦਾ ਪਰ 47,500 ਦੇ ਵਿੱਚ ਜੇਕਰ ਵੀਜ਼ਾ ਲੱਗਦਾ ਹੋਵੇ ਅਮਰੀਕਾ ਤੇ ਪੰਜਾਬ ਦਾ ਹਰ ਇੱਕ ਬੰਦਾ 47,500 ਦੇ ਕੇ ਚੱਲਦਾ ਟਾਈਡੀ ਰੇਟ ਦੀ ਮੈਂ ਗੱਲ ਕਰ ਰਵਾਂ ਇੱਕ ਮੋਡਿਊਲ 5.5 ਬੈਂਡ ਕੈਨੇਡਾ ਦਾ ਤੁਸੀਂ ਵੀਜ਼ਾ ਅਪਲਾਈ ਕੀਤਾ 90% ਰਿਫਿਊਜ਼ਲ ਹੈ ਤੁਹਾਡੀ ਜੇ ਇੱਕ ਮੋਡਿਊਲ 5.5 ਹੈ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਤੁਸੀਂ ਸਮਝ ਸਕਦੇ ਹੋ 2 ਤੋਂ 3 ਮਿੰਟ ਦੀ ਇੰਟਰਵਿਊ ਦੇਣੀ ਹੈ ਔਰ ਉਸ 2 ਤੋਂ 3 ਮਿੰਟ ਦੀ ਇੰਟਰਵਿਊ 'ਚ ਤੁਸੀਂ ਵੀਜ਼ਾ ਲੈ ਸਕਦੇ ਹੋ ਅਗਲੇ 2 ਹਫ਼ਤਿਆਂ 'ਚ ਤੁਹਾਡੇ ਸਾਹਮਣੇ ਆਜੂਗਾ ਬਹੁਤ ਸਾਰੇ ਕੰਸਲਟੈਂਟ ਬਹੁਤ ਸਾਰੇ ਏਜੰਟ ਇੱਕ 5.5 ਬੈਂਡ ਵਾਲਾ ਕੇਸ ਲੈਣਾ ਬੰਦ ਕਰ ਦੂਗੇ 7 ਇੰਟਰਵਿਊਜ਼ ਮੇਰੀ ਅੰਬੈਸੀ ਦੇ ਵਿੱਚ ਸੀਗੀਆਂ ਉਹਨਾਂ 7 ਇੰਟਰਵਿਊਜ਼ ਦੇ ਵਿੱਚੋਂ 4 ਵੀਜ਼ੇ ਲੱਗੇ 3 ਰਿਫਿਊਜ਼ ਹੋਏ ਤੇ ਫਿਰ ਪੰਜਾਬ ਦੇ ਵਿੱਚ ਕੰਸਲਟੈਂਟ ਕਿਉਂ ਨਹੀਂ ਇਹਦੇ ਲਈ ਅਪਲਾਈ ਕਰਦਾ ਕੰਸਲਟੈਂਟ ਮਨੀਤ ਹੀ ਇਸ ਕਰਕੇ ਨਹੀਂ ਅਪਲਾਈ ਕਰਦਾ ਪਹਿਲੀ ਗੱਲ ਤਾਂ US ਦੀਆਂ ਯੂਨੀਵਰਸਿਟੀਆਂ ਨਾਲ ਟਾਈ ਅਪ ਹੀ ਨਹੀਂ 90% ਏਜੰਟ ਦਾ ਤੇ ਆਪਣੇ ਕੋਲ ਹੀ ਵਿਚਾਰੇ ਕੋਲ ਵੀਜ਼ਾ ਨਹੀਂ ਹੈਗਾ ਕਿ ਉਹ US ਜਾ ਸਕੇ ਇਹਨਾਂ ਨੂੰ ਯੂਨੀਵਰਸਿਟੀਆਂ ਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਫੇਸਬੁੱਕ ਪੇਜ ਤੇ ਓਮ ਗਲੋਬਲ ਦੇ ਔਰ ਪੁਨੀਤ ਖੰਨਾ ਜੀ ਅੱਜ ਖਾਸ ਤੌਰ ਤੇ ਸਾਡੇ ਨਾਲ ਹਾਜ਼ਰ ਨੇ ਅੱਜ ਚਰਚਾ ਕਰਾਂਗੇ ਉਹਨਾਂ ਸਟੂਡੈਂਟਸ ਬਾਰੇ ਉਹਨਾਂ ਵਿਦਿਆਰਥੀਆਂ ਬਾਰੇ ਉਹਨਾਂ ਸਿੰਗਲ ਐਪਲੀਕੈਂਟਸ ਬਾਰੇ ਸਪਾਊਸ ਕੇਸਸ ਬਾਰੇ ਜਿਹੜੇ ਅਮਰੀਕਾ ਦੇ ਵਿੱਚ US ਦੇ ਵਿੱਚ ਆਪਣਾ ਫਿਊਚਰ ਦੇਖ ਰਹੇ ਨੇ ਸੋ ਬਹੁਤ ਸਾਰੀ ਐਡਵਰਟਾਈਜ਼ਮੈਂਟਸ ਦੇਖ ਰਹੇ ਨੇ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਵੱਧ ਦੀਆਂ ਨੇ ਕਿ ਅਮਰੀਕਾ ਚੱਲੋ ਆਪਣੇ ਪਰਿਵਾਰ ਸਮੇਤ ਚੱਲੋ ਇਕੱਲੇ ਚੱਲੋ ਪਲੱਸ ਟੂ ਪਾਸ ਚੱਲੋ ਗ੍ਰੈਜੂਏਟ ਚੱਲੋ ਸਟੱਡੀ ਕੈਪ ਮਨਜ਼ੂਰ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਓਮ ਗਲੋਬਲ ਦਾ ਅਸੀਂ ਐਡਵਰਟਾਈਜ਼ਮੈਂਟ ਦੇਖ ਰਹੇ ਹਾਂ ਸੋਸ਼ਲ ਮੀਡੀਆ 'ਤੇ ਇਹ ਕਹਿ ਰਹੇ ਨੇ ਕਿ 47,500 ਦੇ ਵਿੱਚ ਅਮਰੀਕਾ ਚੱਲੋ ਹੁਣ ਜਦੋਂ 47,500 ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੋਵੇ ਤਾਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 40-50,000 ਰੁਪਏ ਖਰਚਾ ਇੱਥੇ ਐਡਮਿਸ਼ਨ ਲੈਣ ਦਾ ਹੋ ਜਾਂਦਾ ਅਤੇ 47,500 'ਚ ਅਮਰੀਕਾ ਕਿਵੇਂ ਭੇਜ ਰਹੇ ਨੇ ਉਸ ਬਾਬਤ ਅਸੀਂ ਅੱਜ ਇਹਨਾਂ ਖਾਸ ਤੌਰ 'ਤੇ ਸਟੂਡੀਓ ਵਿੱਚ ਇਨਵਾਈਟ ਕੀਤਾ ਸੀ ਪੁਨੀਤ ਖੰਨਾ ਜੀ ਸਾਡੇ ਨਾਲ ਹਾਜ਼ਰ ਨੇ ਸਵਾਗਤ ਕਰ ਲੈਂਦੇ ਉਸ ਤੋਂ ਬਾਅਦ ਸਵਾਲ ਜਵਾਬ ਪੁੱਛਾਂਗੇ 47,500 ਦਾ ਮਿਸਟਰੀ ਕੀ ਹੈ ਰਹੱਸ ਕੀ ਹੈ ਸੋ ਖੰਨਾ ਸਾਹਿਬ ਬਹੁਤ ਸਵਾਗਤ ਹੈ ਸ਼ੁਕਰੀਆ ਮਨੀਤ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ 47,500 ਦੀ ਪਹਿਲਾਂ ਹੀ ਗੱਲ ਕਰ ਦਿੰਦਾ ਕਿ 47,500 ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਇਹ ਹੈ ਕਿ 47,500 ਦਾ ਜਿਹੜਾ ਪ੍ਰੋਸੈਸ ਹੈ ਉਹਦੇ 'ਚ ਤੁਹਾਡਾ ਵੀਜ਼ਾ ਲੱਗਦਾ ਜਿਹੜੀ ਯੂਨੀਵਰਸਿਟੀ 'ਚ ਤੁਸੀਂ ਪੜ੍ਹਨਾ ਜਿਹੜੀ ਯੂਨੀਵਰਸਿਟੀ ਹੈ ਜਿਹੜੇ ਕੋਰਸ 'ਚ ਜਾ ਕੇ ਤੁਸੀਂ ਪੜ੍ਹਨਾ ਉਹਦੇ ਪੈਸੇ ਤੁਸੀਂ ਅਮੈਰੀਕਾ ਪਹੁੰਚ ਕੇ ਉਸ ਯੂਨੀਵਰਸਿਟੀ ਨੂੰ ਦੇ ਸਕਦੇ ਹੋ ਟਿਊਸ਼ਨ ਫੀਸ ਅਮੈਰੀਕਾ ਪਹੁੰਚਣ ਤੋਂ ਬਾਅਦ ਦੇ ਸਕਦੇ ਹੋ ਜੀ ਸੋ ਇਹ ਉਹ ਰਹੱਸੇ ਜਿਹੜਾ 47,500 ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਹੀਂ ਪਰ 47,500 ਦੇ ਵਿੱਚ ਜੇਕਰ ਵੀਜ਼ਾ ਲੱਗਦਾ ਹੋਵੇ ਅਮਰੀਕਾ ਤਾਂ ਪੰਜਾਬ ਦਾ ਹਰ ਇੱਕ ਬੰਦਾ 47,500 ਦੇ ਕੇ ਚੱਲ ਜਾਏ ਹਰ ਇੱਕ ਬੰਦਾ 47,500 ਦੇ ਸਕਦਾ ਕੀ ਸਾਰਿਆਂ ਦੇ ਵੀਜ਼ੇ ਲੱਗ ਜਾਣਗੇ ਮਨੀਤ ਜੀ ਸਾਰਿਆਂ ਦੇ ਵੀਜ਼ੇ ਤਾਂ ਦੇਖੋ ਕਿਹੜੀ ਕੰਟਰੀ ਹੈ ਜਿੱਥੇ ਸਾਰਿਆਂ ਦੇ ਵੀਜ਼ੇ ਲੱਗ ਜਾਂਦੇ ਕੀ ਸਿੰਗਾਪੁਰ 'ਚ ਸਾਰਿਆਂ ਦੇ ਵੀਜ਼ੇ ਲੱਗ ਜਾਂਦੇ ਕਿ ਕੈਨੇਡਾ 'ਚ ਸਾਰਿਆਂ ਦੇ ਵੀਜ਼ੇ ਲੱਗ ਜਾਂਦੇ ਅੱਜ ਦੀ ਡੇਟ 'ਚ ਮੈਂ ਗੱਲ ਕਰ ਰਵਾਂ ਇੱਕ ਮੋਡਿਊਲ 'ਚ 5.5 ਬੈਂਡ ਕੈਨੇਡਾ ਦਾ ਤੁਸੀਂ ਵੀਜ਼ਾ ਅਪਲਾਈ ਕੀਤਾ 90% ਰਿਫਿਊਜ਼ਲ ਹੈ ਤੁਹਾਡੀ ਔਨ ਦੀ ਅਦਰ ਹੈਂਡ ਜੇ ਇੱਕ ਮੋਡਿਊਲ 'ਚ 5.5 ਹੈ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਤੁਸੀਂ ਸਮਝ ਸਕਦੇ ਹੋ 2 ਤੋਂ 3 ਮਿੰਟ ਦੀ ਇੰਟਰਵਿਊ ਦੇਣੀ ਹੈ ਔਰ ਉਸ 2 ਤੋਂ 3 ਮਿੰਟ ਦੀ ਇੰਟਰਵਿਊ 'ਚ ਤੁਸੀਂ ਵੀਜ਼ਾ ਲੈ ਸਕਦੇ ਹੋ ਕਿੱਥੇ ਕੈਨੇਡਾ ਦੇ ਵਿੱਚ 6-6 ਮਹੀਨੇ 8-8 ਮਹੀਨੇ ਹੋ ਗਏ ਫਾਈਲਾਂ ਅੰਬੈਸੀ 'ਚ ਪਈਆਂ ਕਿਸੇ ਦਾ ਮੈਡੀਕਲ ਨਹੀਂ ਹੋਇਆ ਕਿਸੇ ਦਾ ਬਾਇਓਮੈਟ੍ਰਿਕ ਨਹੀਂ ਹੋਇਆ ਔਰ ਕਿੱਥੇ ਜਦੋਂ ਤੁਸੀਂ ਅੰਬੈਸੀ ਦੇ ਵਿੱਚ ਪਹੁੰਚੇ ਉਸੇ ਵੇਲੇ ਵੀਜ਼ਾ ਗ੍ਰਾਂਟ ਹੋ ਕੇ ਤੁਹਾਡੇ ਹੱਥ 'ਚ ਆ ਜਾਂਦਾ ਸੋ ਕਿਤੇ ਵੀ ਅੰਬੈਸੀ ਇਹ ਨਹੀਂ ਕਹਿੰਦੀ ਕਿ ਯਾਰ ਕਿ ਤੁਸੀਂ ਆਇਲਟਸ ਕੀਤੀ ਹੋਵੇ ਤੁਸੀਂ ਕਿੰਨੇ ਸਾਲ ਦਾ ਗੈਪ ਹੈ ਕਿੰਨੇ ਸਾਲ ਦਾ ਗੈਪ ਨਹੀਂ ਹੈ 2 ਤੋਂ 3 ਮਿੰਟ 'ਚ ਤੁਹਾਨੂੰ ਤੁਹਾਡੇ ਬਾਰੇ ਪੁੱਛਦੇ ਆ ਤੁਹਾਡੇ ਕੋਲ ਜਵਾਬ ਹੈਗਾ ਉਹ ਜਵਾਬ ਦੇ ਦਿਓ ਤੁਹਾਨੂੰ ਵੀਜ਼ਾ ਮਿਲਦਾ ਹੁਣ ਆਪਾਂ ਗੱਲ ਕਰ ਲਈਏ 47,500 ਕਿੱਦਾਂ 47,500 ਕਿੱਦਾਂ ਮੈਂ ਬੜਾ ਸੌਖਾ ਦੱਸ ਦਿੰਦਾ $350 ਸਰਵਿਸ ਫੀਸ ਹੈ ਕੈਨੇਡੀਅਨ ਅੰਬੈਸੀ ਠੀਕ ਹੈ $160 ਅੰਬੈਸੀ ਫੀਸ ਹੈ ਕੈਨੇਡੀਅਨ ਅੰਬੈਸੀ US ਅੰਬੈਸੀ ਦੀ ਸੋ $350 $160 ਇੱਕ ਇਹਨੂੰ ਰਾਊਂਡ ਆਫ ਕਰ ਲਈਏ ਤਕਰੀਬਨ $510 ਬਣ ਗਏ $510 ਨੂੰ ਆਪਾਂ 75 ਨਾਲ ਕਰ ਲਈਏ 38-39,000 ਰੁਪਇਆ ਤਾਂ ਇਹ ਬਣ ਜਾਂਦਾ ਇਹ 47,500 ਚੋਂ 38-39,000 ਇਹ ਚੱਲ ਜਾਣਾ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਯੂਨੀਵਰਸਿਟੀ ਤੋਂ I-20 ਲੈਣੀ ਜਿਹਨੂੰ ਆਪਾਂ I-20 ਨੂੰ LOA ਕਹਿ ਲਈਏ ਉਹਨੂੰ ਆਪਾਂ ਕਨਫਰਮੇਸ਼ਨ ਆਫ ਇਨਰੋਲਮੈਂਟ ਕਹਿ ਲਈਏ ਕੋਈ ਨਾਮ ਦੇ ਲਈਏ ਉਸ I-20 ਦੀ ਫੀਸ ਹਰ ਯੂਨੀਵਰਸਿਟੀ ਦੀ ਕਿਸੇ ਦੀ $50 ਕਿਸੇ ਦੀ 60 ਕਿਸੇ ਦੀ 100 ਕਿਸੇ ਦੀ 150 ਸੋ ਉੱਥੇ ਹੀ ਜੇ ਕੈਲਕੂਲੇਟ ਕਰ ਲਓ ਤੇ 47,500 ਦੇ ਵਿੱਚ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ I-20 ਦੀ ਫੀਸ ਤੁਸੀਂ ਦਿੱਤੀ ਸਰਵਿਸ ਦੀ ਫੀਸ ਤੁਸੀਂ ਦਿੱਤੀ ਆਪਣੇ ਕ੍ਰੈਡਿਟ ਕਾਰਡ ਤੋਂ ਦੇਣੀ ਕ੍ਰੈਡਿਟ ਕਾਰਡ ਤੋਂ ਦੇ ਦਿਓ ਅੰਬੈਸੀ ਦੀ ਫੀਸ ਤੁਸੀਂ ਦਿੱਤੀ ਤਿੰਨੋਂ ਚੀਜ਼ਾਂ ਦੇ ਬਿਨਾਂ ਨਾ ਤੁਸੀਂ ਵੀਜ਼ਾ ਲੈ ਸਕਦੇ ਹੋ ਨਾ ਤੁਸੀਂ ਅੰਬੈਸੀ ਤੱਕ ਪਹੁੰਚ ਹੀ ਸਕਦੇ ਹੋ ਸੋ ਇਹ ਸਟੋਰੀ ਹੈ 47,500 ਅੱਛਾ ਚਲੋ 47,500 ਤੁਸੀਂ ਡਿਸਕ੍ਰਾਈਬ ਕਰਤਾ ਕਿ $350 ਉਹਦੀ ਸਰਵਿਸ ਫੀਸ ਹੋਗੀ $150 ਉਹਦੀ ਅੰਬੈਸੀ ਫੀਸ ਹੋਗੀ ਜੀ ਹੁਣ ਮਸਲਾ ਇਹ ਹੈ ਕਿ ਵੀਜ਼ੇ ਕਿੰਨੇ ਕੁ ਲੱਗਦੇ ਆ ਅਸੀਂ 47,500 ਲੈ ਲੈ ਕੇ ਵੀਜ਼ੇ ਤਾਂ ਅਪਲਾਈ ਕਰੀ ਜਾਂਦੇ ਹਾਂ ਪਰ
ਬੱਚਾ ਜਾ ਕੇ ਜਦੋਂ ਵੀਜ਼ਾ ਅਫਸਰ ਦੇ ਸਾਹਮਣੇ ਜਾਂਦਾ ਤਾਂ ਬੱਚਾ ਬੋਲ ਹੀ ਨਹੀਂ ਪਾਉਂਦਾ, ਬੱਚਾ ਡਰ ਜਾਂਦਾ। ਜਦੋਂ ਗੋਰੇ ਨੂੰ ਉੱਥੇ ਵੇਖਦਾ ਹੈ ਤਾਂ ਬੱਚਾ ਕਹਿੰਦਾ ਜੀ ਪੁੱਛਦਾ ਇੰਗਲਿਸ਼ ਸਵਾਲ ਤੁਸੀਂ ਪੜ੍ਹਨ ਕਿੱਥੇ ਜਾਣਾ ਹੈ, ਬੱਚਾ ਉੱਥੇ ਚੁੱਪ ਕਰ ਜਾਂਦਾ। 47,500 ਦੀ ਤਾਂ ਮਤਲਬ ਇੱਕ ਕਿਸਮਤ ਬੁੜੀ ਹੈ, ਇੱਕ ਲਾਟਰੀ ਪਾਈ 47,500 ਦੀ, ਨਿਕਲ ਗਈ ਤਾਂ ਬੱਚੇ ਦੀ ਨਹੀਂ ਨਿਕਲ ਗਈ ਤਾਂ ਮਿੱਟੀ। ਮਨੀਸ਼ ਜੀ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ 1.5 ਬੈਂਡ ਵਾਲੇ ਦਾ ਕੀ ਸਕੋਪ ਹੈ? ਉਹਦੀ ਵੀ ਤਾਂ ਲਾਟਰੀ ਹੈ, 5% ਰਿਜ਼ਲਟ ਹੈ 1.5 ਬੈਂਡ ਵਾਲੇ। ਬਹੁਤ ਸਾਰੇ ਕੰਸਲਟੈਂਟ 1.5 ਬੈਂਡ ਦੇ ਪੈਕੇਜ ਕਰ ਰਹੇ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ। ਹਾਂ ਕਰ ਰਹੇ ਹੋਣਗੇ, ਕੋਲੋਂ ਲਾ ਰਹੇ ਹੋਣਗੇ ਅਗਲੇ 3 ਮਹੀਨੇ ਦੇਖ ਲਈਓ। ਦੇਖੋ ਮੈਂ ਹਮੇਸ਼ਾ ਅੱਜ ਦੀ ਡੇਟ 'ਚ ਇੱਕ ਚੀਜ਼ ਕੀਤੀ ਹੈ ਕਿ ਮੈਂ ਹਮੇਸ਼ਾ ਸਾਰਿਆਂ ਨਾਲੋਂ 2 ਕਦਮ ਅੱਗੇ ਤੁਰਿਆ, ਤੇ ਇਹ 2 ਕਦਮ ਅੱਗੇ ਵਾਲੀ ਸਟੋਰੀ ਅੱਜ ਤੁਹਾਨੂੰ ਦੱਸ ਦਿੰਦਾ ਕਿ 1.5 ਬੈਂਡ ਵਾਲੇ ਦਾ ਰਿਜ਼ਲਟ 5-10% ਹੈ ਔਰ ਇੰਨਾ ਹੀ ਰਹਿਣਾ। 5-10% ਦੇ ਵਿੱਚ ਵੀ ਕੀ ਏਜੰਟ ਅੱਗੋਂ ਦੀ ਪੈਸੇ ਲਾਣੇ ਸ਼ੁਰੂ ਕਰ ਦੂਗਾ। ਅਗਲੇ 2 ਹਫ਼ਤਿਆਂ 'ਚ ਤੁਹਾਡੇ ਸਾਹਮਣੇ ਆਜੂਗਾ ਬਹੁਤ ਸਾਰੇ ਕੰਸਲਟੈਂਟ, ਬਹੁਤ ਸਾਰੇ ਏਜੰਟ 1.5 ਬੈਂਡ ਵਾਲਾ ਕੇਸ ਲੈਣਾ ਬੰਦ ਕਰ ਦੂਗੇ, ਬਹੁਤ ਸਾਰੇ ਕਾਲਜ ਉਹ ਕੇਸ ਲੈਣਾ ਬੰਦ ਕਰ ਦੂਗੇ। ਔਨ ਦੀ ਅਦਰ ਹੈਂਡ USA ਦੀ ਗੱਲ ਕਰ ਲਈ, ਅਗਲੇ ਤਾਂ ਡਾਇਲਸ ਮੰਗਦੇ ਨਹੀਂ, ਤੋ ਤੁਸੀਂ ਕੌਨਫੀਡੈਂਟ ਹੋ ਨਾ ਕਿ ਮੈਂ ਬੋਲ ਸਕਦਾ, ਮੈਂ ਦੱਸ ਸਕਦਾ ਮੈਂ ਕਿਉਂ USA ਪੜ੍ਹਨ ਜਾਣਾ, ਜ਼ਰੂਰ ਅਪਲਾਈ ਕਰੋ। ਗੱਲ ਰਹਿ ਗਈ ਵੀਜ਼ਾ ਕਿੰਨੇ ਆਉਂਦੇ ਕਿੰਨੇ ਨਹੀਂ ਆਉਂਦੇ, ਜੇ ਮੈਂ ਇਸ ਹਫ਼ਤੇ ਦੀ ਗੱਲ ਕਰ ਲਾਂ, ਜਿਹੜਾ ਹਫ਼ਤਾ ਮੁੱਕਿਆ ਹੈਗਾ, 7 ਇੰਟਰਵਿਊਜ਼ ਮੇਰੀ ਅੰਬੈਸੀ ਦੇ ਵਿੱਚ ਸੀਗੀਆਂ, ਉਹਨਾਂ 7 ਇੰਟਰਵਿਊਜ਼ ਦੇ ਵਿੱਚੋਂ 4 ਵੀਜ਼ੇ ਲੱਗੇ, 3 ਰਿਫਿਊਜ਼ ਹੋਏ। ਦੈਟ ਮੀਨਸ ਹਜੇ ਵੀ 50% ਪਲੱਸ ਰਿਜ਼ਲਟ ਹੈ, ਔਰ ਉਹਨਾਂ 'ਚੋਂ ਕਈ ਬੱਚੇ ਇੱਦਾਂ ਦੇ ਨੇ ਜਿਹੜੇ ਕਹਿੰਦੇ ਕਿ ਉਹ ਤਿੰਨੋਂ ਦੇ ਤਿੰਨੋਂ ਜਿਹੜੇ ਰਿਫਿਊਜ਼ ਹੋਏ ਕਿ ਭਾਜੀ ਸਾਡੀ ਦੁਬਾਰਾ ਅਪੁਆਇੰਟਮੈਂਟ ਲੈ ਦਿਓ। ਉਹ ਦੁਬਾਰਾ ਅਪੁਆਇੰਟਮੈਂਟ 'ਚ ਕੀ ਉਹਨਾਂ 'ਚੋਂ ਇੱਕ ਵੀ ਨਾ ਲੱਗੂਗਾ? ਅੱਛਾ ਅਪੁਆਇੰਟਮੈਂਟ ਮਿਲ ਰਹੀਆਂ ਦੁਬਾਰਾ, ਅਪੁਆਇੰਟਮੈਂਟਸ ਮਿਲ ਰਹੀਆਂ 2 ਮਹੀਨੇ ਲਈ US ਦੀਆਂ ਅਪੁਆਇੰਟਮੈਂਟਾਂ ਖੁੱਲੀਆਂ, 14 ਤਰੀਕ ਤੋਂ ਲੈ ਕੇ ਅਗਲੀ 14 ਤਰੀਕ ਤੱਕ ਉਹ ਅਪੁਆਇੰਟਮੈਂਟਾਂ ਖੁੱਲੀਆਂ। ਇੰਟਰਵਿਊ ਦੀ ਤਿਆਰੀ ਅਸੀਂ ਕਰਾਵਾਂਗੇ। ਜਦੋਂ ਮੈਂ ਤਿਆਰੀ ਦੀ ਗੱਲ ਕਰਦਾ ਨਾ, ਉਦੋਂ ਤਿਆਰੀ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਨੂੰ ਦੱਸਾਂਗੇ ਯਾਰ ਉਹ ਕੀ ਚਾਹੁੰਦੇ ਆ ਤੁਹਾਡੇ ਤੋਂ, 2 ਮਿੰਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਨੂੰ ਚਾਹੀਦਾ ਕੀ ਹੈ, ਕਿਉਂਕਿ ਬੱਚੇ ਨੂੰ ਪ੍ਰੋਬਲਮ ਹੀ ਇਹ ਹੈ, ਬੱਚੇ ਦੀ ਕਨਫਿਊਜ਼ਨ ਹੀ ਹੈ ਕਿ ਯਾਰ ਭਾਜੀ ਪਤਾ ਨਹੀਂ ਕੀ ਪੁੱਛ ਲੈਣਾ। ਉਹ ਭਾਈ ਤੁਹਾਨੂੰ ਤੁਹਾਡੇ ਬਾਰੇ ਪੁੱਛਣਾ, ਜੇ ਤੁਸੀਂ ਕਲੀਅਰ ਹੋ ਮੈਨੂੰ ਪਤਾ ਮੈਂ ਕਿਉਂ ਜਾਣਾ, ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ, ਫਿਰ ਤੁਸੀਂ ਉੱਥੇ ਜਾ ਕੇ ਉਹ ਜਵਾਬ ਦਿਓ। ਸੋ ਉਹ ਚੀਜ਼ਾਂ ਜਦੋਂ ਤੁਹਾਨੂੰ ਪਤਾ ਹੋਣਗੀਆਂ, I-20 ਤੁਹਾਡੀ ਵਧੀਆ ਯੂਨੀਵਰਸਿਟੀ ਤੋਂ ਆਈ ਹੋਊਗੀ, ਤੁਸੀਂ ਜਿਹੜਾ ਆਪਣਾ ਪਸੰਦ ਦਾ ਕੋਰਸ ਹੈਗਾ ਉਹਦੇ ਵਿੱਚ ਐਡਮਿਸ਼ਨ ਲਿੱਤੀ ਹੋਊਗੀ, ਮੈਨੂੰ ਦੱਸ ਦਿਓ ਕਿਉਂ ਵੀਜ਼ਾ ਨਹੀਂ ਲੱਗੂਗਾ। ਐਟਲੀਸਟ 2 ਜਾਂ 3 ਮਿੰਟ ਤਾਂ ਤੁਹਾਨੂੰ ਮਿਲ ਦੇਣਾ ਆਪਣੇ ਆਪ ਨੂੰ ਐਕਸਪਲੇਨ ਕਰਨ ਦੇ। ਕੈਨੇਡਾ 'ਚ ਲਾ ਲਓ, ਆਸਟ੍ਰੇਲੀਆ 'ਚ ਲਾ ਲਓ, ਤੁਹਾਨੂੰ ਤਾਂ ਟਾਈਮ ਹੀ ਨਹੀਂ ਮਿਲਦਾ, ਤੁਹਾਡੇ ਕਾਗਜ਼ ਚਲ ਗਏ ਉਹਨਾਂ ਕਾਗਜ਼ਾਂ ਦੇ ਬੇਸਿਸ 'ਤੇ ਤੁਹਾਨੂੰ ਵੀਜ਼ਾ ਦੇ ਤਾ, ਉਹਨਾਂ ਕਾਗਜ਼ਾਂ ਦੇ ਬੇਸਿਸ 'ਤੇ ਤੁਹਾਨੂੰ ਰਿਫਿਊਜ਼ ਕਰਤਾ ਬਿਨਾਂ ਦੱਸੇ, ਆਸਟ੍ਰੇਲੀਆ GT ਦੇ ਬੇਸ 'ਤੇ ਰਿਫਿਊਜ਼ ਕਰ ਦਿੰਦਾ, ਕੈਨੇਡਾ ਇੱਦਾਂ ਹੀ ਕਹਿ ਕੇ ਰਿਫਿਊਜ਼ ਕਰ ਦਿੰਦਾ, ਮੈਨੂੰ ਲੱਗਦਾ ਤੁਸੀਂ ਵਾਪਸ ਨਹੀਂ ਆਉਣਾ। ਪਰ ਸਾਹਿਬ ਇੱਕ ਚੀਜ਼ ਦੱਸੋ, ਮੈਂ ਇੱਕ ਇੰਟਰਵਿਊ ਸੁਣਦਾ ਪਿਆ ਸੀ ਸੋਸ਼ਲ ਮੀਡੀਆ 'ਤੇ, ਕਿਸੇ ਸੋਸ਼ਲ ਮੀਡੀਆ 'ਤੇ US ਹਾਈ ਕਮਿਸ਼ਨ ਤੋਂ ਕੋਈ ਉਹਨਾਂ ਨੇ ਆਪਣਾ ਰਿਪ੍ਰੈਜੈਂਟੇਟਿਵ ਭੇਜਿਆ ਜਿਹੜੇ ਵੀਜ਼ਾ ਗ੍ਰਾਂਟ ਕਰਦੇ ਰਹੇ, ਉਹਨਾਂ ਨੇ ਗੱਲਬਾਤ ਕੀਤੀ ਕਿਸੇ ਸੱਜਣ ਨੇ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਬੱਚਾ ਇੰਟਰਵਿਊ ਦੇਣ ਆਉਂਦਾ ਹੈ, ਅਸੀਂ ਬੱਚੇ ਦੇ ਕੋਈ ਅਕੈਡਮਿਕ ਨਹੀਂ ਵੇਖਦੇ, ਅਸੀਂ ਬੱਚੇ ਦਾ ਕੋਈ ਆਇਲਸ ਨਹੀਂ ਵੇਖਦੇ, ਅਸੀਂ ਕਦੀ ਨਹੀਂ ਵੇਖਿਆ ਕਿ ਬੱਚੇ ਦੇ ਮੈਥ 'ਚੋਂ ਕਿੰਨੇ ਨੰਬਰ ਆ, ਬੱਚੇ ਦੇ ਅੰਗਰੇਜ਼ੀ 'ਚੋਂ ਕਿੰਨੇ ਨੰਬਰ, ਬਿਲਕੁਲ ਠੀਕ ਹੈ। ਅਸੀਂ ਕਦੀ ਨਹੀਂ ਵੇਖਿਆ ਕਿ ਬੱਚੇ ਦੇ ਕੋਲ ਪੈਲੀ ਕਿੰਨੀ ਹੈ, ਜਾਂ ਬੱਚੇ ਦੇ ਕੋਲ ਘਰ ਕਿੰਨਾ ਜੀ, ਅਸੀਂ ਕਦੀ ਨਹੀਂ ਵੇਖਿਆ ਕਿ ਬੱਚੇ ਨੇ ਪੜ੍ਹਾਈ ਛੱਡੀ ਨੂੰ ਕਿੰਨਾ ਸਮਾਂ ਹੋ ਗਿਆ। ਸੋ ਪੰਜਾਬ ਦਾ ਬੱਚਾ ਲੱਭਦਾ ਕੀ ਹੈ? ਪੰਜਾਬ ਦਾ ਬੱਚਾ ਲੱਭਦਾ ਕਿ ਮੈਨੂੰ ਉਹ ਕੰਟਰੀ ਮਿਲ ਜਾਵੇ ਜਿੱਥੇ ਸਟੱਡੀ ਗੈਪ ਹੋਵੇ, ਸੋ ਅਲਟੀਮੇਟਲੀ ਸਟੱਡੀ ਗੈਪ ਅਮਰੀਕਾ ਐਕਸੈਪਟ ਕਰਦਾ ਜੀ। ਪੰਜਾਬ ਦਾ ਬੱਚਾ ਕਹਿੰਦਾ ਕਿ ਮੈਨੂੰ ਆਈਲੈਟਸ ਤੋਂ ਬਿਨਾਂ ਐਡਮਿਸ਼ਨ ਮਿਲ ਜਾਵੇ, ਅਮਰੀਕਾ ਆਈਲੈਟਸ ਤੋਂ ਬਿਨਾਂ ਐਡਮਿਸ਼ਨ ਦਿੰਦਾ ਜੀ। ਪੰਜਾਬ ਦਾ ਬੱਚਾ ਕਹਿੰਦਾ ਮੇਰੇ ਅਕੈਡਮਿਕ 'ਚ ਸਕੋਰ ਘੱਟ ਆ, ਅਮਰੀਕਾ ਕਹਿੰਦਾ ਜੀ ਮੈਨੂੰ ਕੋਈ ਫਰਕ ਨਹੀਂ ਅਕੈਡਮਿਕ ਸਕੋਰ ਘੱਟ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਮਰੀਕਾ ਐਕਸੈਪਟ ਕਰ ਰਿਹਾ ਹੈ ਤੇ ਪੰਜਾਬ ਦੇ ਕੰਸਲਟੈਂਟ ਅਮਰੀਕਾ ਨੂੰ ਪ੍ਰਮੋਟ ਕਿਉਂ ਨਹੀਂ ਕਰ? ਮਨੀਸ਼ ਜੀ 2-3 ਕਾਰਨ ਨੇ। ਦੇਖੋ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ, ਐਕਚੁਅਲੀ ਨਾ ਤੁਹਾਡਾ ਜਵਾਬ ਸਵਾਲ ਦੇ ਵਿੱਚ ਹੀ ਹੈ ਕਿ ਜਵਾਬ ਇਹ ਹੈਗਾ ਕਿ ਯਾਰ ਗੈਪ ਵੀ ਐਕਸੈਪਟ ਹੁੰਦਾ, ਆਇਲਸ ਵੀ ਨਹੀਂ ਚਾਹੀਦੀ, ਕੋਈ ਨੰਬਰ ਵੀ ਨਹੀਂ ਪੁੱਛੇ ਜਾਂਦੇ ਕਿ 33% ਨੇ ਕਿ 35% ਨੇ, ਅਤੇ ਫਿਰ ਪੰਜਾਬ ਦੇ ਵਿੱਚ ਕੰਸਲਟੈਂਟ ਕਿਉਂ ਨਹੀਂ ਇਹਦੇ ਲਈ ਅਪਲਾਈ ਕਰਦਾ? ਕੰਸਲਟੈਂਟ ਮਨੀਸ਼ ਜੀ ਇਸ ਕਰਕੇ ਨਹੀਂ ਅਪਲਾਈ ਕਰਦਾ, ਪਹਿਲੀ ਗੱਲ ਤਾਂ US ਦੀਆਂ ਯੂਨੀਵਰਸਿਟੀਆਂ ਨਾਲ ਟਾਈ ਅਪ ਜਾਂ ਨਹੀਂ, 90% ਏਜੰਟ ਦਾ ਤਾਂ ਆਪਣੇ ਕੋਲ ਹੀ ਵਿਚਾਰੇ ਕੋਲ ਵੀਜ਼ਾ ਨਹੀਂ ਹੈਗਾ ਕਿ ਉਹ US ਜਾ ਸਕੇ, ਇਹਨਾਂ ਨਾਲ ਯੂਨੀਵਰਸਿਟੀਆਂ ਨੂੰ ਮਿਲ ਸਕੇ। ਆ ਪਿਛਲੇ 1.5-2 ਸਾਲ ਤੋਂ US ਜਾਣਾ ਬੰਦ ਹੋਇਆ ਕਿ ਅੱਜ ਦੀ ਡੇਟ ਦੇ ਵਿੱਚ ਟਰੈਵਲਿੰਗ ਪੋਸੀਬਲ ਨਹੀਂ ਹੈਗਾ। ਨਹੀਂ ਤਾਂ ਜੇ ਮੈਂ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਕਰਾਂ ਕਿ 6 ਮਹੀਨਿਆਂ 'ਚ 6 ਚੱਕਰ ਵੀ ਮੇਰੇ ਲੱਗੇ, ਕਿਉਂ I-20 ਲੈਣ ਲਈ, ਕਿ ਉੱਥੇ ਐਡਮਿਸ਼ਨਾਂ ਕਰਾਉਣ ਨੂੰ, ਦਾਖਲੇ ਲੈਣ ਨੂੰ, ਕਿ ਉਹਨਾਂ ਯੂਨੀਵਰਸਿਟੀਆਂ ਨੂੰ ਮਿਲਣ ਨੂੰ, ਕਿ ਮੇਰਾ ਬੱਚਾ ਤੁਹਾਡੀ ਕਾਲਜ 'ਚ ਆ ਕੇ ਪੜ੍ਹਨ ਨੂੰ ਇੰਟਰਸਟਿਡ ਹੈ, ਤੁਹਾਡੀ ਯੂਨੀਵਰਸਿਟੀ 'ਚ ਆ ਕੇ ਪੜ੍ਹਨ ਨੂੰ ਇੰਟਰਸਟਿਡ ਹੈ। ਉਹ ਹੁਣ ਜਿਸ ਕੰਸਲਟੈਂਟ ਦਾ ਜਿਹਦਾ ਕੋਈ ਟਾਈ ਅਪ ਜਾਂ ਜਿਹਦਾ ਕੋਈ ਨੈਟਵਰਕ ਉੱਥੇ ਦੀਆਂ ਯੂਨੀਵਰਸਿਟੀਆਂ ਦੇ ਨਾਲ ਨਹੀਂ ਹੈਗਾ, ਉਹ ਕਿੱਦਾਂ ਬੱਚੇ ਨੂੰ ਕਹੇ ਕਿ ਚੱਲ ਮੈਂ ਤੈਨੂੰ USA ਪੜ੍ਹਨ ਲਈ ਭੇਜ ਦਿੰਦਾ? ਔਰ USA ਪੜ੍ਹਾਂ ਆਈ ਦਈ ਜੇ ਭੇਜਣਾ ਕਿਸੇ ਸਟੂਡੈਂਟ ਨੂੰ, ਉਹਦਾ ਪੈਰਾਮੀਟਰ ਇੰਟਰਵਿਊ ਹੈ ਸਿਰਫ, ਉਹਦਾ ਪੈਰਾਮੀਟਰ ਉਹਦੇ ਕਾਗਜ਼ ਨਹੀਂ ਹੈਗੇ, ਉਹਦੇ ਫੰਡ ਨਹੀਂ, ਉਹਦੀ ਪੈਲੀ ਨਹੀਂ, ਉਹਦੀ ਆਇਲਟਸ ਨਹੀਂ, ਉਹਦੇ ਅਕੈਡਮਿਕ ਪਰਸੈਂਟੇਜ
that is USA. ਪਰ ਇਹ ਵੀ ਕਿਹਾ ਜਾਂਦਾ ਨਹੀਂ ਅਮਰੀਕਾ ਦਾ ਵੀਜ਼ਾ ਦੁਨੀਆ ਦਾ ਸਭ ਤੋਂ ਸੌਖਾ ਵੀਜ਼ਾ ਲੈਣਾ। ਤਿੰਨ ਕਾਗਜ਼ ਵੀਜ਼ਾ ਆਫੀਸਰ ਤੁਹਾਡੇ ਤੋਂ ਮੰਗਦਾ, ਤੁਹਾਡਾ ਪਾਸਪੋਰਟ, ਤੁਹਾਡੀ I-20 ਔਰ ਤੁਹਾਡੀ ਸਰਵਿਸ ਦੀ ਰਸੀਦ ਕਿ ਤੁਸੀਂ ਉਹ $350 ਸਰਵਿਸ ਵਾਲਾ ਪੇ ਕਰਤਾ। ਚੌਥੀ ਚੀਜ਼ ਵੀਜ਼ਾ ਆਫੀਸਰ ਤੁਹਾਡੇ ਤੋਂ ਮੰਗਦਾ ਨਹੀਂ, ਤੁਸੀਂ ਲੈ ਕੇ ਜਾਓ ਨਾਲ ਆਪਣਾ 10ਵੀਂ 12ਵੀਂ ਫੰਡ ਸਾਰਾ ਕੁਛ ਲੈ ਕੇ ਜਾਓ, ਬਟ ਉਹਨੂੰ ਜ਼ਰੂਰਤ ਹੀ ਨਹੀਂ ਹੈਗੀ। ਉਹਨੇ ਤੁਹਾਡੇ ਨਾਲ ਗੱਲ ਕਰਕੇ ਦੱਸ ਦੇਣਾ ਕਿ ਤੁਹਾਨੂੰ ਵੀਜ਼ਾ ਦੇਣਾ ਚਾਹੀਦਾ ਕਿ ਨਹੀਂ ਜਾਣ ਦੇਣਾ ਚਾਹੀਦਾ, ਕਿ ਤੁਸੀਂ ਜੈਨੂਅਨ ਸਟੂਡੈਂਟ ਹੋ ਜਾਂ ਜੈਨੂਅਨ ਸਟੂਡੈਂਟ ਨਹੀਂ ਹੋ। ਹੋਰ ਐਡਾ ਸੌਖਾ ਵੀਜ਼ਾ ਕਿੱਥੇ ਹੋਊਗਾ? ਅੱਜ ਆਪਾਂ UK ਦੀ ਗੱਲ ਕਰ ਲਈਏ, ਇੱਕ ਘੰਟਾ ਡੇਢ ਘੰਟਾ ਸਟੂਡੈਂਟ ਦੀ ਇੰਟਰਵਿਊ ਹੁੰਦੀ ਹੈ, ਕਿਹੜੀ ਯੂਨੀਵਰਸਿਟੀ, ਕਿਹੜੇ ਮੋਡਿਊਲ, ਇਸ ਮੋਡਿਊਲ ਤੋਂ ਬਾਅਦ ਕੀ ਕਰੇਗਾ, ਉਸ ਮੋਡਿਊਲ ਤੋਂ ਬਾਅਦ ਕੀ ਕਰੇਗਾ, ਡਿਪਲੋਮਾ ਹੋਸਪਿਟੈਲਿਟੀ ਕਿਉਂ ਕਰ ਰਿਹਾ, ਬੈਚਲਰਸ ਕੁੱਕਰੀ ਕਿਉਂ ਕਰ ਰਿਹਾ, ਮਤਲਬ ਇੱਦਾਂ ਦੇ ਸਵਾਲ ਜਿਹਨਾਂ ਦੇ ਜਵਾਬ ਤੁਸੀਂ ਰੱਟ ਕੇ ਵੀ ਬਹਿ ਜਾਓਗੇ ਤਾਂ ਵੀ ਨਹੀਂ ਸ਼ਾਇਦ ਡੇਢ ਘੰਟੇ ਦੀ ਇੰਟਰਵਿਊ ਥਰੂ ਹੁੰਦੀ। ਔਰ ਕਿੱਥੇ 2 ਮਿੰਟ ਜਾਂ 3 ਮਿੰਟ ਸਿਰਫ ਇਹ ਜਵਾਬ ਦੇਣਾ ਕਿ ਮੈਂ USA ਕਿਉਂ ਜਾ ਰਿਹਾ, ਮੈਂ ਇਸ ਯੂਨੀਵਰਸਿਟੀ 'ਚ ਪੜ੍ਹਨ ਕਿਉਂ ਜਾ ਰਿਹਾ, ਮੈਂ ਇਸ ਕੋਰਸ 'ਚ ਪੜ੍ਹਨ ਕਿਉਂ ਜਾ ਰਿਹਾ। ਜੇ ਤੁਸੀਂ ਇਹਨਾਂ ਤਿੰਨਾਂ ਦੇ ਚੀਜ਼ਾਂ ਦੇ ਜਵਾਬ ਨਹੀਂ ਦੇ ਸਕਦੇ, ਫਿਰ ਤੁਸੀਂ ਵੈਸੇ ਹੀ ਐਲੀਜੀਬਲ ਨਹੀਂ ਹੈਗੇ, ਫਿਰ ਤੁਸੀਂ ਸਿੰਗਾਪੁਰ ਜਾਣ ਦੇ ਵੀ ਐਲੀਜੀਬਲ ਨਹੀਂ। ਪਰ ਇਹ ਸਭ ਗੱਲ ਫਿਰ ਉਹੀ ਉੱਥੇ ਆ ਗਈ, ਆਈਲੈਟਸ ਚਾਹੀਦੀ ਨਹੀਂ, ਗੈਪ ਜਿੰਨਾ ਮਰਜ਼ੀ ਹੋਵੇ, ਅਕੈਡਮਿਕਸ ਅਸੀਂ ਦੇਖਦੇ ਨਹੀਂ। ਤੁਸੀਂ ਕਹਤਾ ਸਿਰਫ ਸਰਵਿਸ ਫੀਸ ਲੈ ਕੇ ਚਲ ਜਾਓ ਅਤੇ ਪਾਸਪੋਰਟ ਲੈ ਕੇ ਚਲ ਜਾਓ ਅਤੇ ਇੱਕ ਤੁਸੀਂ I-20 ਲੈ ਕੇ ਚਲ ਜਾਓ। ਕੀ ਇਹ ਤਿੰਨ ਚੀਜ਼ਾਂ ਲੈ ਕੇ ਜਦੋਂ ਵੀਜ਼ਾ ਅਫਸਰ ਸਾਹਮਣੇ ਚਾਹੀਦਾ, ਵੀਜ਼ਾ ਅਫਸਰ ਤਾਂ ਕੋਈ ਸਵਾਲ ਜਵਾਬ ਜਿਹਨੇ ਕਰਨਾ ਹੀ ਹੁੰਦੇ, 4 ਸਵਾਲ ਉਹਨੇ ਪਹਿਲਾਂ ਰੱਟੇ ਹੁੰਦੇ ਵੀਜ਼ਾ ਅਫਸਰ ਨੇ। ਅਕੈਡਮਿਕ ਵੇਖਣੇ ਨਹੀਂ, ਆਇਲਸ ਵੇਖਣੀ ਨਹੀਂ, ਸਟੱਡੀ ਗੈਪ ਵੇਖਣਾ ਨਹੀਂ, ਫਾਈਨੈਂਸ਼ੀਅਲ ਵੇਖਣੇ ਨਹੀਂ। ਪਰ ਕੀ ਫਿਰ ਵੀਜ਼ਾ ਅਫਸਰ 2-3 ਸਵਾਲ ਪੁੱਛ ਲੈਂਦਾ ਜਿਹੜਾ ਬੱਚੇ ਨੂੰ ਜਵਾਬ ਨਹੀਂ ਦੇ ਦਿੰਦਾ ਤਾਂ ਬੱਚੇ ਨੂੰ ਰਿਫਿਊਜ਼ ਕਰ ਦਿੰਦਾ? ਤੁਸੀਂ ਕਹਿੰਦੇ ਹੋ ਵੀਜ਼ਾ ਅਫਸਰ ਪੁੱਛਦਾ ਤੁਸੀਂ ਪੜ੍ਹਨ ਕਿੱਥੇ ਜਾਣਾ? ਓਬਵੀਅਸਲੀ ਬੱਚੇ ਨੇ ਅਮਰੀਕਾ ਪੜ੍ਹਨ ਜਾਣਾ, ਨਿਊਯਾਰਕ ਪੜ੍ਹਨ ਜਾਣਾ, ਕਿਸੇ ਯੂਨੀਵਰਸਿਟੀ ਪੜ੍ਹਨ ਜਾਣਾ। ਕਿਹੜੀ ਯੂਨੀਵਰਸਿਟੀ ਜਾ ਰਹੇ ਹੋ ਉੱਥੇ ਜਵਾਬ ਦੇਣਾ ਹੁੰਦਾ ਕਿ ਮੈਂ ਫਲਾਣੀ ਯੂਨੀਵਰਸਿਟੀ ਜਾ ਰਿਹਾ। ਫੋਰ ਐਗਜ਼ਾਮਪਲ ਵਜੋਂ ਫਲੋਰੀਡਾ ਜਾਣਾ, ਬੱਚਾ ਕਹਿੰਦਾ ਮੈਂ ਸੇਂਟ ਲੀਅਰ ਯੂਨੀਵਰਸਿਟੀ ਪੜ੍ਹਨ ਜਾ ਰਿਹਾ। ਤੈਨੂੰ ਸਪੋਂਸਰ ਕਰਨ ਕਰੂਗਾ, ਉਹ ਕਹਿੰਦਾ ਮੇਰਾ ਫਾਦਰ ਸਪੋਂਸਰ ਕਰ ਰਿਹਾ, ਮੇਰੀ ਮਦਰ ਸਪੋਂਸਰ ਕਰ ਰਹੀ, ਤੂੰ ਵਾਪਸ ਕਿਉਂ ਆਏਗਾ? ਉਹ ਕਹਿੰਦਾ ਸੋ ਐਂਡ ਸੋ ਰੀਜ਼ਨ ਆ, ਮੈਂ ਇਸ ਕਰਕੇ ਵਾਪਸ ਆਊਂਗਾ। ਦੈਨ ਫਿਰ ਕਿਉਂ ਵੀਜ਼ਾ ਰਿਫਿਊਜ਼ ਕਰਤਾ ਜਾਂਦਾ? ਵੀਜ਼ਾ ਅਫਸਰ ਲੱਭਦਾ ਕੀ ਇੰਟਰਵਿਊ ਦੇ ਵਿੱਚ? ਦੇਖੋ ਬਹੁਤ ਸਾਰੀਆਂ ਚੀਜ਼ਾਂ ਨੇ, ਹੈ ਨਾ। ਹੁਣ ਇੱਕ ਆਪਾਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੈਠੇ ਹਾਂ, ਬਹੁਤ ਸਾਰੀ ਰਿਸਰਚ ਤੁਹਾਡੇ ਪਹੁੰਚਣ ਤੋਂ ਪਹਿਲਾਂ ਤੁਹਾਡੇ ਬਾਰੇ ਹੋਈ ਹੁੰਦੀ ਹੈ, ਠੀਕ ਹੈ। ਉਹ ਕੀ ਰਿਸਰਚ ਹੈ, ਕਿੱਦਾਂ ਹੁੰਦੀ ਹੈ, ਜਾਂ ਉਸ ਇੰਟਰਵਿਊ ਨੂੰ ਤੁਸੀਂ ਕਿੱਦਾਂ ਫੇਅਰ ਅਪ ਕਰਦੇ ਹੋ? ਕਿਉਂਕਿ ਇਹ ਸਵਾਲਾਂ ਦੇ ਜਵਾਬ ਮਨੀਸ਼ ਜੀ ਦੇਣੇ ਸੌਖੇ ਆ, ਬਟ ਜਦੋਂ ਬੱਚੇ ਦੇ ਅੰਦਰ ਕੌਨਫੀਡੈਂਸ ਹੋਵੇ ਨਾ, ਉਦੋਂ ਇਹ ਜਵਾਬ ਦਿੱਤੇ ਜਾ ਸਕਦੇ ਆ। ਬਹੁਤ ਵਾਰੀ ਹੁੰਦਾ ਕਿ US ਤੋਂ ਬੱਚਾ ਰਿਫਿਊਜ਼ ਹੋ ਕੇ ਆਉਂਦਾ, ਤਾਂ ਉਹ ਰਿਫਿਊਜ਼ ਹੋਣ ਤੋਂ ਬਾਅਦ ਇਹ ਕਹਿੰਦਾ ਕਿ ਭਾਜੀ ਮੈਂ ਨਰਵਸ ਹੋ ਗਿਆ। ਉਹ ਜਿਹੜੀ ਨਰਵਸਨੈਸ ਹੈ, ਉਹ ਜਿਹੜੀ ਘਬਰਾਹਟ ਹੈ, ਜੇ ਬੱਚੇ ਦੀ ਉਹ ਦੂਰ ਹੋ ਜਾਏ ਨਾ। ਦੇਖੋ ਇੱਕ ਨਾ ਕਹਾਵਤ ਹੈ, ਕਹਿੰਦੇ ਕਿ ਜੇ ਨਾ ਫੇਲ ਹੋਣ ਦਾ ਡਰ ਖਤਮ ਹੋ ਜਾਏ ਤਾਂ ਬੰਦਾ ਪਾਸ ਹੋ ਜਾਂਦਾ। ਸੋ ਇਸੇ ਕਰਕੇ ਉਸ ਇੰਟਰਵਿਊ ਦੇ ਵਿੱਚ ਬੱਚਾ 90% ਫੇਲ ਕਿਉਂ ਹੁੰਦਾ? ਕਿਉਂਕਿ ਉਹਨੂੰ ਫੇਲ ਹੋਣ ਦਾ ਡਰ ਹੁੰਦਾ, ਹਾਏ ਮੇਰੇ ਨਾਲ ਪਤਾ ਨਹੀਂ ਕੀ ਹੋ ਜਾਣਾ। ਉਹ ਕੁਛ ਨਹੀਂ ਹੋ ਜਾਣਾ ਭਰਾ, ਵੱਧ ਤੋਂ ਵੱਧ ਤੈਨੂੰ ਉਹ ਰਿਫਿਊਜ਼ ਕਰ ਦੂਗਾ ਨਾ, ਰਿਫਿਊਜ਼ ਕਰ ਦੂਗਾ, ਤੂੰ ਦੁਬਾਰਾ ਅਗਲੀ ਅਪੁਆਇੰਟਮੈਂਟ ਲੈ ਕੇ ਫਿਰ $160 ਭਰ ਕੇ ਦੁਬਾਰਾ ਮੈਸੀ ਦੇ ਮੂਹਰੇ ਖੜ ਜਾ। ਜੇ ਤੈਨੂੰ ਲੱਗਦਾ ਮੈਂ ਇੱਕ ਜੈਨੂਅਨ ਸਟੂਡੈਂਟ ਹੈਗਾ, ਅਲਟੀਮੇਟਲੀ ਵੀਜ਼ਾ ਲੈ ਕੇ ਬਾਹਰ ਨਿਕਲੇਗਾ, ਬਿਨਾਂ ਵੀਜ਼ੇ ਦੇ ਬਾਹਰ ਨਹੀਂ ਨਿਕਲੇਗਾ। ਅੱਛਾ, ਜਦੋਂ ਬੱਚਾ ਰਿਫਿਊਜ਼ ਹੋ ਜਾਂਦਾ, ਮੇਰਾ ਅਗਲਾ ਸਵਾਲ ਇਹੀ ਸੀ ਕਿ 47,500 ਰੁਪਈਆ ਉਹਨੇ ਦੇ ਦਿੱਤਾ ਓਮਗਲੋਬਲ ਨੂੰ, ਕਿਸੇ ਕੰਸਲਟੈਂਟ ਨੂੰ ਜਾਂਦਾ, ਕੋਈ 50,000 ਮੰਗਦਾ, ਕੋਈ 1,00,000 ਮੰਗਦਾ, ਕੋਈ 2,00,000 ਮੰਗਦਾ, ਨੋਟ ਰਿਫੰਡੇਬਲ। ਓਮਗਲੋਬਲ ਨੂੰ 47,500 ਦੇ ਦਿੱਤਾ, ਅਸੀਂ ਦੱਸਤਾ ਕਿ 47,500 ਤੇਰੀ ਅਸੀਂ I-20 ਵੀ ਲੈ ਕੇ ਦੇਵਾਂਗੇ, ਤੇਰੀ ਸਰਵਿਸ ਫੀਸ ਵੀ ਭਰਾਂਗੇ, ਤੇਰੇ ਸਾਰੇ ਖਰਚੇ ਅਸੀਂ ਇਹਦੇ ਵਿੱਚ ਕਰਾਂਗੇ, ਬੈਸੀ ਫੀਸ ਵੀ ਭਰਾਂਗੇ ਜੀ। ਅਗਰ ਬੱਚਾ 47,500 ਦੇ ਕੇ ਰਿਫਿਊਜ਼ ਹੋ ਜਾਂਦਾ ਹੈ ਤੇ ਮੁੜ ਕੇ ਤੁਸੀਂ ਕਹਿੰਦੇ ਦੁਬਾਰਾ ਅਪੁਆਇੰਟਮੈਂਟ ਲੈ ਕੇ ਦੁਬਾਰਾ ਅਪੀਅਰ ਹੋ ਸਕਦਾ ਜੀ, ਕੀ ਫਿਰ ਉਹਨੂੰ 47,500 ਦੇਣਾ ਪਊਗਾ? ਦੇਖੋ ਮਨੀ ਜੀ, 47,500 ਦੀ ਜਦੋਂ ਅਸੀਂ ਗੱਲ ਕਰਦੇ ਨਾ, ਉਦੋਂ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਲਵਾਂਗੇ 47,500, ਅਸੀਂ ਤਾਂ ਇਹ ਦੱਸ ਰਹੇ ਹਾਂ ਕਿ ਇੱਕ ਵੀਜ਼ਾ ਉੱਥੇ ਤੱਕ ਅਪਲਾਈ ਕਰਨ ਤੱਕ, ਅੰਬੈਸੀ ਦੇ ਮੂਹਰੇ ਪਹੁੰਚਣ ਤੱਕ ਤੁਹਾਡਾ 47,500 ਦਾ ਖਰਚਾ ਤਕਰੀਬਨ, ਜਿਹਦੇ ਵਿੱਚ I-20 ਦੀ ਫੀਸ ਹੈ, ਜਿਹ 'ਚ ਸਰਵਿਸ ਦੀ ਫੀਸ ਹੈ, ਜਿਹ 'ਚ ਅੰਬੈਸੀ ਫੀਸ ਹੈ। ਪਰਮਾਤਮਾ ਨਾ ਕਰੇ ਤੁਹਾਡੇ 'ਚੋਂ ਕਿਸੇ ਦਾ ਵੀਜ਼ਾ ਉੱਥੇ ਰਿਫਿਊਜ਼ ਹੋ ਜਾਂਦਾ, ਔਰ ਉਸ ਰਿਫਿਊਜ਼ਲ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਯਾਰ ਮੈਂ ਦੁਬਾਰਾ ਜਾਣ ਨੂੰ ਤਿਆਰ ਹਾਂ, ਮੇਰੀ ਇੰਟਰਵਿਊ ਕਰਾਓ। ਜਿਹੜੀ I-20 ਉਹ ਤੁਹਾਡੀ ਯੂਨੀਵਰਸਿਟੀ ਤੋਂ ਆਈ ਹੋਈ ਹੈ, ਉਹਦਾ ਦੁਬਾਰਾ ਤੁਹਾਡਾ ਕੋਈ ਖਰਚਾ ਨਹੀਂ ਲੱਗਦਾ। ਜਿਹੜੀ ਸਰਵਿਸ ਫੀਸ ਹੈ ਉਹ ਤੁਹਾਡੀ ਫਿਰ ਸਾਲ ਲਈ ਵੈਲਿਡ ਹੈ, ਉਹਦਾ ਤੁਹਾਡਾ ਦੁਬਾਰਾ ਕੋਈ ਖਰਚਾ ਨਹੀਂ ਲੱਗਦਾ। ਅੰਬੈਸੀ ਫੀਸ ਹਰ ਕੰਟਰੀ, ਹਰ ਵਰਲਡ ਦੀ ਹਰ ਕੰਟਰੀ ਦੇ ਵਿੱਚ ਰੂਲ ਹੈ ਕਿ ਜਿੰਨੀ ਵਾਰੀ ਵੀਜ਼ਾ ਅਪਲਾਈ ਕਰਨਾ, ਉੱਨੀ ਵਾਰੀ ਉਹਦੇ ਉਸ ਕੰਟਰੀ ਦੀ ਅੰਬੈਸੀ ਨੂੰ ਅੰਬੈਸੀ ਫੀਸ ਆਪਾਂ ਦੇਣੀ। ਸੋ $160 ਦੁਬਾਰਾ ਉਸ ਅੰਬੈਸੀ ਨੂੰ, ਦਸ ਬਾਰਾਂ ਹਜ਼ਾਰ ਰੁਪਇਆ $160 ਦੁਬਾਰਾ ਉਸ ਕੰਟਰੀ ਦੀ ਅੰਬੈਸੀ ਫੀਸ ਦਿਓ, ਜਦੋਂ ਮਰਜ਼ੀ ਦੁਬਾਰਾ ਪੇਸ਼ ਹੋ ਜਾਓ। ਪਰ ਜਦੋਂ ਅਮਰੀਕਾ ਦੀ ਗੱਲ ਆਉਂਦੀ ਹੈ ਤਾਂ ਲੋਕ 20-20 ਲੱਖ ਰੁਪਏ ਚੁੱਕੀ ਫਿਰਦੇ ਕਿ 20 ਲੱਖ ਰੁਪਏ ਲੈ ਲਓ, ਅਮਰੀਕਾ ਭੇਜ ਦਿਓ, ਵਾਇਆ ਮੈਕਸੀਕੋ ਭੇਜ ਦਿਓ, ਹੋਰ ਗਵਾਟੇਮਾਲਾ ਰਾਹੀਂ ਭੇਜ ਦਿਓ, ਅਤੇ 20 ਲੱਖ ਰੁਪਏ ਦੇ ਵਿੱਚ ਅਸੀਂ ਸੌਦੇ ਕਰਕੇ ਜਦੋਂ ਬੰਦਿਆਂ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਹਾਂ, ਬੰਦੇ ਫਿਰ ਬਾਹਰ ਨਹੀਂ ਜਾਂਦੇ, ਅੱਧੇ ਦੇ ਰਸਤੇ 'ਚ ਰਹਿ ਜਾਂਦੇ ਆ, ਅੱਧੇ ਪੁਲਿਸ ਫੜ ਲੈਂਦੀ ਹੈ,
ਪਰ ਜੇ ਸਿੱਧੇ ਤਰੀਕੇ ਨਾਲ 40-50 ਹਜ਼ਾਰ ਰੁਪਇਆ ਲਾ ਕੇ ਜਾਂ 10-15 ਹਜ਼ਾਰ ਰੁਪਏ ਅੰਬੈਸੀ ਵੀਜ਼ੇ ਲਾ ਕੇ ਜੇ ਵੀਜ਼ੇ ਮਿਲਦੇ ਆ ਤੇ ਅਸੀਂ ਕਿਉਂ 2 ਨੰਬਰ ਦੇ ਰਸਤੇ ਅਖਤਿਆਰ ਕਰਦੇ ਹਾਂ? ਦੇਖੋ ਉਹਦੇ ਕਈ ਕਾਰਨ ਨੇ। ਸਭ ਤੋਂ ਪਹਿਲੀ ਗੱਲ ਤਾਂ ਉਹ 2 ਨੰਬਰ ਦਾ ਰਸਤਾ ਨਾ ਉਹ ਬੰਦਾ ਇਖਤਿਆਰ ਕਰਦਾ ਜਿਹੜਾ ਅੱਜ ਤੱਕ ਸ਼ਾਇਦ ਸਕੂਲ ਕਾਲਜ ਗਿਆ ਹੀ ਨਹੀਂ। ਹੁਣ ਜਿਹੜਾ ਸਕੂਲ ਕਾਲਜ ਗਿਆ ਹੀ ਨਹੀਂ ਉਹ ਮੇਰੇ ਕੋਲ ਆ ਕੇ ਮੈਨੂੰ ਕਿੱਦਾਂ ਕਹੂਗਾ ਕਿ ਯਾਰ ਮੇਰੀ ਐਡਮਿਸ਼ਨ ਕਰਾ ਦੇ ਜਾਂ ਮੇਰੀ ਇੰਟਰਵਿਊ ਕਰਾ ਦੇ ਜਾਂ ਮੇਰੀ ਕਿਸੇ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਇਸ ਕੋਰਸ 'ਚ ਜਾਣਾ ਚਾਹੁੰਦਾ। ਮੈਂ ਤਾਂ ਫਿਲਹਾਲ ਉਸ ਬੱਚੇ ਦੀ ਗੱਲ ਕਰਦਾ ਜਿਹਨੇ ਆਪਣੀ 12ਵੀਂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਜਿਹੜਾ ਇੱਕ ਸਟੂਡੈਂਟ ਦੇ ਤੌਰ 'ਤੇ ਜਾਣਾ ਚਾਹੁੰਦਾ। ਬਾਕੀ ਰਹੀ ਆ ਮੈਕਸੀਕੋ ਵਾਲੀਆਂ ਗੱਲਾਂ ਕਿ ਉੱਧਰੋਂ ਦੀ 40-40 ਲੱਖ ਖਰਚ ਕੇ ਜਾਂਦੇ ਆ, ਬਿਲਕੁਲ ਜਾਂਦੇ ਆ ਜੀ, ਕੰਨਾਂ ਨੂੰ ਹੱਥ ਨੇ। ਜੇ ਕਿਸੇ ਨੇ ਆਪਣਾ ਜੀ ਮਰਾਉਣਾ ਹੋਵੇ, ਜੇ ਕਿਸੇ ਨੇ ਆਪਣਾ ਘਰ ਦਾ ਬੱਚਾ ਖਤਰੇ 'ਚ ਪਾਉਣਾ ਹੋਵੇ ਨਾ, ਤਾਂ ਉਸ ਰਸਤੇ ਥਾਣੀ ਭੇਜ ਦੇਵੇ। ਬੁਰਾ ਹਾਲ ਹੈ ਉਸ ਰਸਤੇ ਜਿੰਨੇ ਕੁ ਲੋਕ ਅੱਜ ਤੱਕ ਗਏ ਨੇ, ਜਿੰਨੇ ਕੁ ਲੋਕਾਂ ਨਾਲ ਗੱਲ ਹੋਈ ਹੈ, ਚਾਹੇ ਉਹ ਕਈ ਏਜੰਟ ਨੇ ਜਿਹੜੇ ਭੇਜਦੇ ਆ, ਚਾਹੇ ਉਹ ਕਈ ਲੋਕ ਨੇ ਜਿਹੜੇ ਉੱਥੇ ਪਹੁੰਚ ਕੇ। ਮੈਂ ਗਿਆ ਕੈਲੀਫੋਰਨੀਆ, ਬਹੁਤ ਦੇਰ ਰਿਹਾ ਜੀ ਕੈਲੀਫੋਰਨੀਆ, ਬਹੁਤ ਲੋਕ ਐਂਟਰ ਕਰਦੇ ਆ, ਜਾਂ ਟੈਕਸਾਸ ਵੀ ਰਿਹਾ, ਟੈਕਸਾਸ ਤੋਂ ਵੀ ਬਹੁਤ ਸਾਰਾ ਬੰਦਾ ਜਿਹੜਾ ਮੈਕਸੀਕੋ ਥਾਣੀ ਐਂਟਰ ਕਰਦਾ। ਜਦੋਂ ਉਹਨਾਂ ਨਾਲ ਬਹਿ ਜਾਓ ਨਾ, ਔਰ ਉਹਨਾਂ ਨਾਲ ਬਹਿ ਕੇ ਸੁਣ ਲਓ ਕਿ ਕਿਸ ਕਿਸ ਚੀਜ਼ਾਂ ਨੂੰ ਪਾਰ ਕਰਕੇ ਉਹ ਅਮਰੀਕਾ ਤੱਕ ਪਹੁੰਚੇ ਆ, ਔਰ ਉਹ ਕਿੰਨੇ ਜਣੇ ਉੱਥੋਂ ਤੁਰੇ ਸੀਗੇ ਇੰਡੀਆ ਤੋਂ, ਕਿ 50 ਜਣਾ ਤੁਰਿਆ ਸੀ ਅਤੇ ਇੱਥੇ ਤਾਂ ਸਿਰਫ 25 ਪਹੁੰਚਾ ਜਾਂ ਨਗ ਆਏ ਸੀ, ਕਿ 35 ਨਗ ਉੱਥੋਂ ਤੁਰੇ ਸੀਗੇ, 35 ਨਗਾਂ 'ਚੋਂ 20 ਨਗ ਇੱਥੇ ਤੱਕ ਪਹੁੰਚ ਗਏ, 15 ਰਸਤੇ 'ਚ ਹੀ ਰਹਿ ਗਏ। ਉਹ ਰਸਤੇ 'ਚ ਰਹਿ ਗਏ, ਕੋਈ ਮਰ ਗਿਆ, ਕਿਸੇ ਨੂੰ ਕਿਸੇ ਦੇਸ਼ ਦੀ ਪੁਲਿਸ ਨੇ ਫੜ ਲਿਆ, ਕਿਸੇ ਨੂੰ ਕਿਸੇ ਦੇਸ਼ ਦੀ ਪੁਲਿਸ ਨੇ ਡੱਕ ਲਿਆ। ਸੋ ਅਲਟੀਮੇਟਲੀ ਮੈਂ ਤਾਂ ਉਹਨਾਂ ਬੱਚਿਆਂ ਦੀ ਗੱਲ ਕਰਦਾ ਜਿਨ੍ਹਾਂ ਨੇ ਆਪਣੀ 12ਵੀਂ ਕੀਤੀ ਹੈ, ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ, ਜਿਨ੍ਹਾਂ ਨੂੰ ਲੱਗਦਾ ਸਾਡੇ 'ਚ ਕੌਨਫੀਡੈਂਸ ਹੈ, ਅਸੀਂ ਉੱਥੇ ਜਾ ਕੇ ਇੰਟਰਵਿਊ ਦੇ ਸਕਦੇ ਔਰ ਪੜ੍ਹ ਸਕਦੇ ਹਾਂ। ਜਿਹੜਾ ਸਟੂਡੈਂਟ ਜਾਂ ਜਿਹੜਾ ਬੰਦਾ ਜਿਹੜਾ ਕਹਿੰਦਾ ਕਿ ਕਾਲਾ ਅਕਸ਼ਰ ਭੈਂਸ ਬਰਾਬਰ, ਉਹਦੇ ਲਈ ਤਾਂ ਇਹ ਸਟੂਡੈਂਟ ਵੀਜ਼ਾ ਦਾ ਆਪਸ਼ਨ ਹੈ ਹੀ ਨਹੀਂ। ਅੱਛਾ, ਕਿੰਨੇ ਕੁ ਦਿਨ 'ਚ ਅਸੀਂ I-20 ਮੰਗਵਾ ਦਾਂਗੇ, ਕਿੰਨੇ ਦਿਨ 'ਚ ਉਹਦੀ ਅਸੀਂ ਅਪੁਆਇੰਟਮੈਂਟ ਲੈ ਕੇ ਕਿੰਨੇ ਕੁ ਦਿਨ 'ਚ ਬੰਦੇ ਨੂੰ ਡਿਸੀਜਨ ਤੱਕ ਪਹੁੰਚਾ ਦਾਂਗੇ ਕਿ ਉਹਦਾ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ, ਟਾਈਮ ਕਿੰਨਾ ਲੱਗਦਾ? ਦੇਖੋ ਇੱਕ ਹਫ਼ਤੇ ਤੋਂ ਲੈ ਕੇ 2 ਹਫ਼ਤਿਆਂ ਦੇ ਵਿੱਚ ਵਿੱਚ ਤੁਹਾਡੀ I-20 ਆ ਜਾਂਦੀ ਹੈ ਯੂਨੀਵਰਸਿਟੀਜ਼ ਤੋਂ। ਚੰਗੀ ਚੀਜ਼ ਕੀ ਹੈ ਕਿ ਕੋਵਿਡ ਤੋਂ ਪਹਿਲਾਂ ਉਹ I-20 ਓਰੀਜਨਲ ਆਉਂਦੀ ਸੀ, ਕੋਰੀਅਰ ਦੇ ਰਾਹੀਂ ਆਉਂਦੀ ਸੀ, ਔਰ ਉਸ I-20 ਲੈ ਕੇ ਤੁਸੀਂ ਅੰਬੈਸੀ ਜਾਂਦੇ ਸੀ। ਹੁਣ ਉਹਨਾਂ ਨੇ ਕਰਤਾ ਕਿ ਸਕੈਨ I-20 ਵੀ ਜਿਹੜੀ ਈਮੇਲ 'ਤੇ ਤੁਹਾਨੂੰ ਆਊਗੀ ਉਹਦੇ ਥਰੂ ਤੁਸੀਂ ਜਾ ਸਕਦੇ ਹੋ। ਸੋ ਇੱਕ ਹਫ਼ਤੇ ਤੋਂ ਲੈ ਕੇ 2 ਹਫ਼ਤਿਆਂ ਦੇ ਵਿੱਚ ਤੁਹਾਡੀ I-20 ਤੁਹਾਡੇ ਕੋਲ ਆ ਜਾਂਦੀ ਹੈ। ਉਸ ਤੋਂ ਬਾਅਦ ਦੂਜੀ ਚੀਜ਼ ਤੁਸੀਂ ਪੁੱਛੀ ਸੀਗੀ ਕਿ ਸਾਰੀ ਚੀਜ਼ ਨੂੰ ਅੰਬੈਸੀ ਤੱਕ ਪਹੁੰਚਣ ਨੂੰ ਕਿੰਨਾ ਟਾਈਮ ਲੱਗਦਾ। ਪਿੱਛੇ ਜੇ ਸਾਰੀਆਂ ਅਪੁਆਇੰਟਮੈਂਟਾਂ ਬੰਦ ਸੀਗੀਆਂ, ਜਿਹੜੀਆਂ ਪੁਰਾਣੀਆਂ ਅਪੁਆਇੰਟਮੈਂਟਾਂ ਅਸੀਂ ਚੱਕੀਆਂ ਹੋਈਆਂ ਸੀ, ਉਹੀ ਸਟੂਡੈਂਟ ਜਿਹੜੇ ਨੇ ਅੰਬੈਸੀ ਤੱਕ ਪਹੁੰਚੇ। ਬਟ ਆ 14 ਜੂਨ ਤੋਂ ਉਹ ਸਾਰੀਆਂ ਅਪੁਆਇੰਟਮੈਂਟਾਂ ਖੁੱਲ੍ਹ ਗਈਆਂ। ਅਗਲੇ 2 ਮਹੀਨੇ ਦੇ ਵਿੱਚ USA ਨੇ, ਕਿਉਂਕਿ ਫਾਲ ਇਨਟੇਕ ਜਿੱਦਾਂ ਕੈਨੇਡਾ 'ਚ ਸਭ ਤੋਂ ਵੱਡਾ ਇਨਟੇਕ ਹੈ, US ਦੀਆਂ ਯੂਨੀਵਰਸਿਟੀਜ਼ ਲਈ ਵੀ ਇਹ ਸਪਤੰਬਰ ਦਾ ਇਨਟੇਕ ਜਿਹੜਾ, ਜਿਹਨੂੰ ਫਾਲ ਇਨਟੇਕ ਕਹਿੰਦੇ, ਸਭ ਤੋਂ ਵੱਡਾ ਇਨਟੇਕ ਹੈ। ਸੋ ਬਹੁਤ ਸਾਰੀਆਂ ਅਪੁਆਇੰਟਮੈਂਟਸ ਵੀ ਮਿਲਣਗੀਆਂ, ਬਹੁਤ ਸਾਰੇ ਵੀਜ਼ਿਆਂ ਦੀ ਵੀ ਉਮੀਦ ਰੱਖਦੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਵੀਜ਼ਾ ਲੈ ਕੇ ਸਕਸੈਸਫੁਲ ਰਿਜ਼ਲਟ ਲੈ ਕੇ ਬਾਹਰ ਨਿਕਲਣਗੇ। ਜੀ, ਸੋ ਦਰਸ਼ਕਾਂ ਦੱਸਦੇ ਕਿ ਗਲੋਬਲ ਤੋਂ ਪੁਨੀਤ ਕਰਨਾ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ। ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹੋਰ ਚਾਹੁੰਦੇ ਹੋ 91161 ਨੰਬਰ 'ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੋਨ ਨੰਬਰ ਛੱਡ ਸਕਦੇ ਹੋ ਜੇਕਰ ਅਮਰੀਕਾ ਜਾਣਾ ਚਾਹੁੰਦੇ ਹੋ 47,500 ਰੁਪਏ ਦੇ ਵਿੱਚ। 47,500 ਦਾ ਮਤਲਬ ਇਹ ਹੈ ਕਿ ਤੁਹਾਡੀ ਸੇਵਿਸ ਫੀਸ, ਤੁਹਾਡੀ ਅੰਬੈਸੀ ਫੀਸ, ਤੁਹਾਡੀ I-20 ਫੀਸ। ਇਸ ਤੋਂ ਇਲਾਵਾ ਕੋਈ ਹੋਰ ਫੀਸ ਤੁਹਾਨੂੰ ਇੱਥੇ ਐਡਵਾਂਸ ਦੇ ਵਿੱਚ ਨਹੀਂ ਦੇਣੀ ਪੈਂਦੀ। ਵੀਜ਼ਾ ਲੱਗਦਾ ਹੈ ਅਤੇ ਤੁਹਾਨੂੰ ਯੂਨੀਵਰਸਿਟੀ ਦੀ ਫੀਸ ਪੇ ਕਰਨੀ ਪੈਂਦੀ ਹੈ, ਔਰ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਕਿ ਉਹ ਯੂਨੀਵਰਸਿਟੀ ਦੀ ਫੀਸ ਤੁਸੀਂ ਅਮਰੀਕਾ ਪਹੁੰਚ ਕੇ ਵੀ ਦੇ ਸਕਦੇ ਹੋ। 10 ਤੋਂ 15 ਦਿਨ ਦੇ ਵਿੱਚ ਤੁਹਾਡੀ I-20 ਆ ਜਾਂਦੀ ਹੈ, ਔਰ ਮਹੀਨੇ 1.5 ਮਹੀਨੇ ਵਿੱਚ ਤੁਹਾਨੂੰ ਸਾਰੀ ਤਿਆਰੀ ਕਰਾ ਕੇ, ਇੰਟਰਵਿਊ ਪ੍ਰੈਪਰੇਸ਼ਨ ਕਰਵਾ ਕੇ ਤੁਹਾਨੂੰ ਜਿਹੜਾ ਹੈ ਉਹ ਭੇਜਿਆ ਜਾਂਦਾ ਇੰਟਰਵਿਊ ਦੇ ਲਈ ਅੰਬੈਸੀ ਦੇ ਵਿੱਚ। ਔਰ ਇੱਕ ਚੀਜ਼ ਦੀ 100% ਗਰੰਟੀ ਦਿੱਤੀ ਜਾਂਦੀ ਹੈ ਇਸ ਮੰਚ 'ਤੇ ਕਿ ਵੀਜ਼ਾ ਅਫਸਰ ਵੱਲੋਂ ਜੋ ਸਵਾਲ ਪੁੱਛੇ ਜਾਣਗੇ 100% ਸਵਾਲ, 100% ਜਵਾਬ ਤੁਹਾਨੂੰ ਪਹਿਲਾਂ ਪਤਾ ਹੋਣਗੇ ਜਦੋਂ ਤੁਸੀਂ ਅੰਬੈਸੀ ਜਾਣਾ। ਤੁਹਾਨੂੰ ਪਤਾ ਹੋਊਗਾ ਵੀਜ਼ਾ ਅਫਸਰ ਨੇ ਤੁਹਾਨੂੰ ਪੁੱਛਣਾ ਕੀ ਹੈ, ਤੁਸੀਂ ਉਹਦਾ ਜਵਾਬ ਕੀ ਦੇਣਾ। ਜੇ ਇਹ ਚੀਜ਼ਾਂ ਨੂੰ ਰੱਟਾ ਮਾਰ ਸਕਦੇ ਹੋ, ਚੀਜ਼ਾਂ ਨੂੰ ਧਿਆਨ 'ਚ ਰੱਖ ਸਕਦੇ ਹੋ, ਆਪਣੇ ਆਪ ਨੂੰ 2 ਤੋਂ 3 ਮਿੰਟ ਪ੍ਰੈਜੈਂਟ ਕਰ ਸਕਦੇ ਹੋ ਵੀਜ਼ਾ ਅਫਸਰ ਸਾਹਮਣੇ, ਅਤੇ ਅਮਰੀਕਾ ਦਾ ਵੀਜ਼ਾ ਲੈਣਾ ਦੁਨੀਆ ਦਾ ਸਭ ਤੋਂ ਸੌਖਾ ਵੀਜ਼ਾ ਹੈ, ਉਹ ਵੀ 47,500 ਰੁਪਇਆ ਪੇ ਕਰਕੇ ਤੁਸੀਂ ਵੀਜ਼ਾ ਅਫਸਰ ਦੇ ਸਾਹਮਣੇ ਜਾ ਕੇ ਇੰਟਰਵਿਊ ਦੇ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ 91161 ਨੰਬਰ 'ਤੇ ਕਾਲ ਕਰ ਸਕਦੇ ਹੋ। ਖਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਧੰਨਵਾਦ।